Yeah.
संगीत दे रहा पूरे रात भी जब कीर्तन दरबार पूरे बच्चे क्लासिकल का बड़ा सोना रंग दिखाया आखिरी दो आइटम जिन वो दोनों राग मालकोस दिया हरप्रीत बीबा तो पहला सा मेरा मतलब सी मैं एक दिशा दे राग ए भी मालकोस का है पर इन दे विच एक अंग है जे मालकोस दे गान सा मन लिया जाए मालकोस दे गान सा मन लिया जाए तो राग दुर्गा बन जाए बस स्वर वही है उनका रूप की है Thank you.
मेरे मन अन दिन जाग हर चेत अपनी खेती रख ले बजुर्ग मामा याद होएगा प्यार पुत्रां आखदिया आखदिया सर मर जाने गल सुन मर जाने गल सुन तियां आखदे आखदे सन मर जानिए कम कर लिंद मर जानिए मर जाना लगभग मामा वरत गुरु ने जीव आत्मा नु एक बच्ची समझ के समझाने ले वो शब्दावली वरती है जीव आत्मा नु मुखातिब करते ते कहंदे ने हे मर जानिए समा संभाल ले समा की आज अच्छी 1984 दी याद दा समागम भी कर रहे हैं बच्चे मैं उस पासे तुरना चाहता एक एग्जांपल दे ते कहंदे ने इन्हें तो पहला शब्द जिहड़ा पादा है उहदे विच इक पहली लाइन पहले पहरे जाग सलुंडड़ी है रैन अंधारी राम ये खूबसूरत अखां वाली है पहले पहरे रात दा शुरू हो गया देख सो ना जाए अंधेरा शुरू हो गया अंधेरी रात आ रही है ते अंधेरी रात ही खतरे लेके आउंदी है जिन्ने चोर जिन्ने राहबार सब उस अंधेरी रात नूं तौड़ीक रहे हुंदे ने कहिंदे ने जाग के रहो रात अंधेरी आ रही और अगला पद शुरू कर दे तो ठीक एग्जांपल दे कहिंदे ने दुनिया दा हर मनुख जिहड़ा है ओनू ये शरीर मिले है ते शरीर मिले है एक खेत ओहदे विच मनुख ने कर्म बीजने शरीर दे खेत विच ते कहन लगे एक ख्याल कर ਜਦੋਂ ਕਿਸਾਨ ਬੀਜ ਪਾ ਲੈਂਦਾ ਹੈ ਤੇ ਫਸਲ ਉੱਗਦੀ ਹੈ ਕਿਸਾਨੀ ਦਾ ਕੰਮ ਕੋਈ ਕੇਵਲ ਹਲ ਵਾਹੁਣਾ ਹੀ ਨਹੀਂ ਬੀਜ ਪਾਉਣਾ ਹੀ ਨਹੀਂ ਪਾਣੀ ਦੇਣਾ ਹੀ ਨਹੀਂ ਬਲਕਿ ਜਿਉਂ ਜਿਉਂ ਫਸਲ ਦਾ ਉਗੇਵਾ ਸ਼ੁਰੂ ਹੁੰਦਾ ਤਿਉਂ ਤਿਉਂ ਕਿਸਾਨ ਦੀ ਜ਼ਿੰਮੇਵਾਰੀ ਵੱਧਦੀ ਜਾਂਦੀ ਕਹਿੰਦੇ ਨੇ ਜ਼ਿੰਮੇਵਾਰੀ ਕੀ ਹੈ ਜਦੋਂ ਖੇਤ ਵਿੱਚ ਫਸਲ ਪੈਦਾ ਹੋ ਜਾਏ ਤੇ ਜਿੰਨੀ ਜ਼ਿਆਦਾ ਕੀਮਤੀ ਫਸਲ ਹੋਵੇ ਓਨਾ ਹੀ ਕਿਸਾਨ ਨੂੰ ਫਿਕਰ ਜ਼ਿਆਦਾ ਹੁੰਦਾ ਚਿੰਤਾ ਜ਼ਿਆਦਾ ਹੁੰਦੀ ਕਿਉਂਕਿ ਨੁਕਸਾਨ ਵੀ ਹੋਣਾ ਤੇ ਓਨਾ ਹੀ ਵੱਡਾ ਹੋਣਾ ਤੇ
ਕੁਛ ਜਿਨ੍ਹਾਂ ਨੇ ਕਿਰਸਾਨੀ ਦੇ ਜੀਵਨ ਵਿੱਚੋਂ ਲੰਘ ਕੇ ਆਪਣਾ ਸਮਾਂ ਗੁਜ਼ਾਰਿਆ। ਰਾਤ ਅੰਧੇਰੀ ਹੁੰਦੀ, ਸਰਦੀਆਂ ਦੀਆਂ ਭੋ ਮੰਗ ਦੀਆਂ ਰਾਤਾਂ ਹੁੰਦੀਆਂ, ਅਜੇ ਹਾੜੀ ਦੀ ਫਸਲ ਤਿਆਰ ਹੋ ਰਹੀ ਹੁੰਦੀ, ਕਣਕ ਅਜੇ ਤਿਆਰ ਹੋ ਰਹੀ ਹੁੰਦੀ, ਤੇ ਉਹਦੇ ਜੀਵਨ ਦੇ ਸਾਰੇ ਸਾਧਨ ਹੀ ਉੱਥੇ ਖੜੇ ਨੇ ਕਿਸਾਨ ਦੇ ਖੇਤੀ ਵਿੱਚ ਫਸਲ ਵਿੱਚ। ਰਾਤਾਂ ਤੇ ਅੰਧੇਰੀਆਂ ਰਾਤਾਂ ਵਿੱਚ ਲੋਕ ਕਹਿੰਦੇ ਨੇ ਸੱਪਾਂ ਦੀਆਂ ਸਿਰੀਆਂ ਮਿੱਧਦਾ ਕਿਸਾਨ ਉਸ ਖੇਤ ਦੇ ਦੁਆਲੇ ਘੁੰਮਦਾ ਹੈ, ਸੌਂਦਾ ਨਹੀਂ। ਦੁਨੀਆਂ ਦੇ ਲੋਕ ਸੁੱਖ ਦੀ ਨੀਂਦ ਸੁੱਤੇ ਪਏ ਨੇ, ਪਰ ਕਿਸਾਨ ਕਿਵੇਂ ਸੌਂਦੇ? ਉਹਦੇ ਜੀਵਨ ਦੀ ਸਾਰੀ ਰਾਸ, ਉਹਦੇ ਜੀਵਨ ਦਾ ਸਾਰਾ ਕੁਝ, ਸਾਰੀ ਸੰਪਦਾ, ਸਾਰੀ ਕਮਾਈ, ਸਾਰੀ ਦੌਲਤ ਖੇਤਾਂ ਵਿੱਚ ਪਈ ਹੈ, ਘਰ ਵਿੱਚ ਨਹੀਂ। ਲੋਕ ਆਪਣੀ ਦੌਲਤ ਘਰ ਵਿੱਚ ਸੰਭਾਲਦੇ ਨੇ, ਬੈਂਕਾਂ ਵਿੱਚ, ਲੋਕਰਾਂ ਵਿੱਚ ਸੰਭਾਲਦੇ ਨੇ, ਅਤੇ ਕਿਸਾਨ ਦੀ ਦੌਲਤ ਬਾਹਰ ਖੇਤਾਂ 'ਚ ਹੁੰਦੀ। ਇਹੋ ਕਾਰਨ ਜਦੋਂ ਫਸਲ ਖੇਤਾਂ ਵਿੱਚ ਉੱਗਦੀ ਹੈ, ਕਿਸਾਨ ਦੀ ਨੀਂਦ ਬੇਚੈਨ ਹੋ ਜਾਂਦੀ, ਸੌ ਨਹੀਂ ਸਕਦਾ। ਹੱਥ ਵਿੱਚ ਸੋਟੀ ਡਾਂਗ ਫੜ ਲੈਂਦਾ, ਖੇਤ ਦੇ ਦੁਆਲੇ ਬੰਨੇ ਬੰਨੇ ਸਾਰੀ ਰਾਤ ਚੱਕਰ ਲਾਉਂਦਾ ਰਹਿੰਦਾ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਵੀ ਉੱਗਦੀ ਹੋਈ ਹਰਿਆਲੀ ਫਸਲ ਨੂੰ ਜਾਨਵਰ ਚੁੱਕ ਜਾਣਗੇ। ਸਭ ਤੋਂ ਜ਼ਿਆਦਾ ਕਿਸਾਨ ਲਈ ਫਿਕਰ ਦੀ ਨਿਸ਼ਾਨੀ ਇਹ ਹੈ, ਕਿਉਂਕਿ ਉਹਦੀ ਫਸਲ ਨੂੰ ਜਦੋਂ ਤੋਂ ਬੀਜਦਾ ਉਦੋਂ ਤੋਂ ਹੀ ਚੁਗਣ ਵਾਲੇ ਪਾਸੇ ਆ ਜਾਂਦਾ। ਮੈਂ ਤਾਂ ਕਈ ਵਾਰ ਕਹਿੰਦਾ, ਕਦੀ ਕਿਸਾਨੀ ਦੀ ਜ਼ਿੰਦਗੀ ਹਿੰਦੁਸਤਾਨ ਦੇ ਖੇਤਾਂ ਵਿੱਚ ਜਾ ਕੇ ਦੇਖੋ, ਜਦੋਂ ਹਲ ਵਾਹੁੰਦਾ, ਬੀਜ ਪਾਉਂਦਾ, ਬਗਲੇ ਅਤੇ ਹੋਰ ਇਸ ਕਿਸਮ ਦੇ ਜਾਨਵਰ ਉੱਥੇ ਉਦੋਂ ਹੀ ਆ ਜਾਂਦੇ ਨੇ ਤਾਂ ਕਿ ਇਹਦਾ ਬੀਜ ਹੀ ਚੁੱਕ ਲਿਆ ਜਾਏ। ਆ ਸੁਹਾਗਾ ਫਿਰਨ ਦਾ ਕੀ ਮਤਲਬ ਹੁੰਦਾ? ਤਾਂ ਕਿ ਉਹ ਬੀਜ ਨੂੰ ਧਰਤੀ ਦੇ ਥੱਲੇ ਛੁਪਾ ਦੇਵੇ, ਕਿਸੇ ਤਰ੍ਹਾਂ ਦੁਸ਼ਮਣ ਕੋਲੋਂ ਬੀਜ ਬਚਣਾ ਚਾਹੀਦਾ। ਅਤੇ ਪਹਿਲਾਂ ਹੁੰਦਾ ਸੁਹਾਗਾ ਫੇਰਨਾ, ਇੱਕ ਸਕੀਮ ਹੁੰਦੀ ਹੈ ਵੀ ਸੁਹਾਗਾ ਫੇਰਨ ਨਾਲ ਜਿਹੜਾ ਬੀਜ ਪਾਇਆ ਹੋਇਆ ਉਹ ਛੁੱਟ ਜਾਏਗਾ ਮਿੱਟੀ ਵਿੱਚ। ਇੱਥੇ ਬਸ ਨਹੀਂ, ਜਦੋਂ ਪਾਣੀ ਦੇ ਕੇ ਫਸਲ ਵੱਡੀ ਹੋਈ ਉਦੋਂ ਛੋਟੇ ਪੰਛੀ ਨਾ ਰਹੇ, ਵੱਡੇ ਜਾਨਵਰ ਆ ਗਏ, ਅਖੀਰ ਤੱਕ ਰਹਿੰਦਾ ਗਿਆ। ਕਿਸਾਨ ਦੀ ਜ਼ਿੰਦਗੀ ਦੇਖਣ ਵਾਲੀ, ਵੱਡੇ ਜਾਨਵਰ ਆ ਗਏ, ਪੁੰਗਰ ਦੀ ਫਸਲ ਦੀ ਹਰਿਆਵਲ ਨੂੰ ਉਹ ਆ ਕੇ ਰਾਤ ਬਰਾਤੇ ਖਾ ਜਾਂਦੇ। ਜਦੋਂ ਉੱਥੋਂ ਵੀ ਬਚਾ ਲੈਂਦਾ, ਛੁੱਟੇ ਲੱਗ ਜਾਂਦੇ, ਉਦੋਂ ਫਿਰ ਪੰਛੀ ਆ ਜਾਂਦੇ, ਆਣ ਪੈ ਜਾਂਦੇ, ਅਖੀਰ ਤੱਕ ਖਤਰਾ ਹੀ ਖਤਰਾ ਹੀ। ਜਿੰਨੀ ਦੇਰ ਕਿਸਾਨ ਦਾ ਬੋਝ ਉਹਦੇ ਘਰ ਵਿੱਚ ਆ ਨਾ ਜਾਏ, ਕਦੀ ਵੀ ਕਿਸਾਨ ਨੂੰ ਚੈਨ ਦੀ ਨੀਂਦ ਨਹੀਂ। ਇੱਥੇ ਹੁਣ ਗੁਰੂ ਜੀਵ ਆਤਮਾ ਨੂੰ ਆਵਾਜ਼ ਦੇ ਕੇ ਇੱਕ ਜਾਗਰਤੀ ਕਰਦੇ, ਕਹਿੰਦੇ ਹੇ ਮਰ ਜਾਣੀਏ, ਤੂੰ ਕਿਉਂ ਸੁੱਤੀ ਪਈ ਹੈ ਅਚੇਤ? ਹਿੰਮਤ ਕਰਕੇ ਗੁਰੂ ਨੇ ਤੈਨੂੰ ਗੁਣਾਂ ਦਾ ਬੀਜ ਦਿੱਤਾ ਹੈ, ਤੂੰ ਆਪਣੇ ਜੀਵਨ ਦੇ ਖੇਤ ਵਿੱਚ ਗੁਣਾਂ ਦਾ ਬੀਜ ਬੀਜ ਲਿਆ, ਪਰ ਤੈਨੂੰ ਪਤਾ ਹੈ ਇਸ ਗੁਣਾਂ ਦੇ ਬੀਜ ਨੂੰ ਬੀਜਣ ਤੋਂ ਬਾਅਦ ਕਿਸੇ ਕੋਲੋਂ ਬਰਦਾਸ਼ਤ ਨਹੀਂ ਹੋਣਾ, ਤੇਰੇ ਗੁਣਾਂ ਨੂੰ ਚੜ ਜਾਣ ਵਾਲੇ ਤੇਰੇ ਗੁਣਾਂ ਨੂੰ ਤਬਾਹ ਅਤੇ ਬਰਬਾਦ ਕਰ ਦੇਣ ਵਾਲੇ ਜਾਨਵਰ ਚਾਰ ਚੁਫੇਰੇ ਫਿਰਦੇ ਨੇ। ਉਹਨਾਂ ਨੇ ਇਸ ਖੇਤੀ ਵਿੱਚ ਪੈਦਾ ਹੋਈ ਹੋਈ ਫਸਲ ਨੂੰ ਤੇਰੇ ਘਰ ਪੁੱਜਣ ਨਹੀਂ ਦੇਣਾ, ਇਸ ਲਈ ਹੇ ਮਰ ਜਾਣੀ ਹੈ, ਜਾਗ ਕੇ ਰਹੇ ਵਖਰ ਰਾਖ ਮੋਈਏ,
खाजा खेती रहो, खेती खा जाए, फसल खा जाए, शरीर की हो है। गुरु ने सिख नु जीवन सिद्धांत दी बड़ी कीमती फसल दी सी, जेने किसे को दे बच्चे ना क्वेश्चन आंसर विच भी विश्वास कि छे कर छे गुण छे उपदेश वाले त्रिसत गुरु ने प्रवान नहीं किया। छे गुरु ने छे उपदेश ने वो छे इकट्ठे नहीं हो सकते, वक्र वक्र छे शास्त्र अपने अपनी था गुरु कहते नहीं। इतने भावे छे गुरु बैठे ने बाणी विचार वाले, इतने भावे भगत बैठे ने पर सारे की रचना एको थां आ गई, वक्रे वक्रे ग्रंथ नहीं बने, उसे छे शास्त्र वक्रे वक्रे हो गए क्योंकि विचारधारा बलवान ने। मेहनत कर लिया सर गुरु ने बाणी में आख्या, नतीजा यह निकलिया कि साढ़े इस गुणा की फसल तबाह करने वाले तो फिर ही पैदा हो गए, फिर ही पैदा। 84 के हालात भी उस जड़ रहे, नहीं तो गुरुद्वार के अंदर श्री गुरु ग्रंथ साहब का प्रकाश दुनिया का की बिगाड़ रहा है। गुरुद्वारों में चलते लंगर दुनिया का की बिगाड़ रहे हैं, एक सदा दे दे कोई आ नहीं। एक पास असं यह गल कहने कि हरिमंदर साहब के चार दरवाजे ने कोई आ गए किसी दिशा तो आ गए, किसी मजहब का आ गए, किसी कौम का आ गए, किसी देश का आ गए, किसी रंग का आ गए, किसी नस्ल का आ गए, कोई मना ही नहीं, दरवाजे खुले नहीं। पर कैडी अजीब गल है, ऐसे दरवाजे जिनके बारे गुरु ने बाणी में भी आख दिता हो जय दर आवत जाते हो हटके नहीं कोई, वो दर कि छा छना तो कितने रह गया, तो हम लोगों ने तो सोचा है जो दर ढा ही दौ एक गुण है। तर्ज की मंदिरों में ऐसे मंदिर ने जिथे हिंदू बिना कोई नहीं जा सकता, और हिस्ट्री पढ़ के देख लो हिंदुस्तान जी के इंदिरा गांधी भी जो एक मंदिर में गई तो उन्हें दरवाजे बंद कर लिया क्योंकि तू पारसी नाल विआह किया तू हिंदू नहीं रही, इस वास्ते तू इस मंदिर में नहीं आ सकता। इस्लाम में किसी मस्जिद में गैर मुसलमान जाके नमाज नहीं पढ़ सकता, इबादत नहीं कर सकता। ये अजीब गल है, एक ओम कंसेप्ट है, एक ओ सिद्धांत है जिथे गैर सिख आके बैठ के इबादत करे तो एक पासे रहा, गैर सिख बैठा होया मस्जिद ते नमस्कार भी करा सकता है। बाबा फरीद वर्गा, बेनी भगत वर्गा ब्रह्मण, वह भी बैठा। एक ऐडे महान उच्चे अचरण वाली फसल को कौन बर्दाश्त करे, उनका नतीजा निकलिया गुरुद्वारे स्थान जिथे श्री गुरु ग्रंथ साहब का प्रकाश, जिथे उन्होंने ब्राह्मण भी बैठा सी बेनी पढ़ के, जिथे एक मुसलमान फकीर फरीद भी बैठा सी, जिथे बाबा नामदेव भी बैठा सी, जिथे कबीर भी बैठा सी, उस श्री गुरु ग्रंथ साहब नूं भी गोली बची। दरबार साहब के अंदर प्रकाश, श्री गुरु ग्रंथ साहब नूं भी गोली बची। वो सब कुछ बेअदबी क्यों हुई, क्योंकि मकसद हिंदू सिख का भी नहीं सी, मकसद सी केवल महान उत्तम ते पवित्र आचरण रूपी सिद्धांत का, यह सिद्धांत नहीं होना चाहिए। अकाल तख्त हटा दिता क्योंकि न्याय का
ਇਨਸਾਫ ਦਾ ਕੇਂਦਰ ਸੀ, ਜਿੱਥੇ ਨਿਆਂ ਅਤੇ ਇਨਸਾਫ ਹੋਵੇ ਉੱਥੇ ਲੋਕ ਘੁੰਮਦੇ ਨੇ। ਅਕਾਲ ਤਖ਼ਤ ਇੱਕ ਨਿਆਂ ਅਤੇ ਇਨਸਾਫ ਦਾ ਕੇਂਦਰ ਸੀ, ਢਾ ਦਿੱਤਾ, ਖਾਣੇ ਬਣਾ ਲਏ, ਪਰ ਇਮਾਰਤ ਬਣਾਈ ਮਹਿਸੂਸ ਕਰ ਲਿਆ ਕਿ ਅਕਾਲ ਤਖ਼ਤ ਜਿਹੜਾ ਅਸੀਂ ਢਾਹਣਾ ਚਾਹੁੰਦੇ ਸਾਂ ਇਹ ਉਹ ਤਿੰਨ ਚੱਠਾ ਨੇ, ਉਹ ਤਾਂ ਫਿਰ ਬਣ ਗਿਆ। ਉਹਨੇ ਮਹਿਸੂਸ ਕਰ ਲਿਆ ਕਿ ਅਕਾਲ ਤਖ਼ਤ ਇੱਕ ਸਿਧਾਂਤ ਹੈ ਜਿਹੜਾ ਅਸੀਂ ਅਜੇ ਤੱਕ ਨਹੀਂ ਪਛਾਣ ਸਕਦੇ। ਅਸੀਂ ਇਮਾਰਤ ਨੂੰ ਸਮਝ ਲਿਆ, ਦੁਸ਼ਮਣ ਨੇ ਮਹਿਸੂਸ ਕਰ ਲਿਆ ਅਕਾਲ ਤਖ਼ਤ ਇੱਕ ਸਿਧਾਂਤ ਹੈ। ਕਿਸੇ ਇਮਾਰਤ ਨੂੰ ਢਾਹਣ ਨਾਲ ਅਕਾਲ ਤਖ਼ਤ ਖਤਮ ਨਹੀਂ ਹੁੰਦਾ। 1984 ਦੇ ਦਰਮਿਆਨ ਵਿੱਚ ਗੱਲ ਕਰਦੇ ਹਾਂ, ਇਹ ਗੱਲ ਪ੍ਰੈਸ ਵਾਲਿਆਂ ਨੇ ਵੀ ਕੀਤੀ ਸੀ ਜਦੋਂ ਉਹਨਾਂ ਨੇ ਇਹ ਸਵਾਲ ਕੀਤਾ ਵੀ ਅਕਾਲ ਤਖ਼ਤ ਤਾਂ ਢਹਿ ਗਿਆ, ਤੁਸੀਂ ਹੁਣ ਫੈਸਲੇ ਕਿਉਂ ਕਰਦੇ? ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ, ਭਰਿਓ ਸੋਚੋ, ਜੇ ਭਲਾ ਕੋਈ ਸੁਪਰੀਮ ਕੋਰਟ ਦੀ ਇਮਾਰਤ 'ਤੇ ਬੰਬ ਸੁੱਟ ਦੇਵੇ, ਇਮਾਰਤ ਢਹਿ ਜਾਏ, ਸੁਪਰੀਮ ਕੋਰਟ ਖਤਮ ਹੋ ਜਾਂਦੀ? ਇਮਾਰਤ ਸੁਪਰੀਮ ਕੋਰਟ ਨੇ, ਉੱਥੇ ਜਿਹੜਾ ਸੰਵਿਧਾਨ ਲਿਖ ਕੇ ਰੱਖਿਆ ਹੋਇਆ ਨਾ, ਜਿਹੜਾ ਕਾਨੂੰਨ ਦੀ ਕਿਤਾਬ ਹੈ ਨਾ, ਅਸਲ ਸੁਪਰੀਮ ਕੋਰਟ ਇਹ ਜਿਹਦੇ ਅਧੀਨ ਜਿਹਦੀ ਰੋਸ਼ਨੀ ਵਿੱਚ ਫੈਸਲੇ ਹੁੰਦੇ ਨੇ ਅਸਲ ਨੂੰ। ਇੱਕ ਖਿਆਲ ਕਰਿਓ, ਜਦੋਂ ਦੁਸ਼ਮਣ ਨੂੰ ਪਤਾ ਲੱਗਾ ਕਿ ਇਮਾਰਤ ਅਕਾਲ ਤਖ਼ਤ ਨਹੀਂ ਸੀ, ਉਹ ਢਾਹ ਲਈ ਨਾ ਫਿਰ ਬਣਾ ਲਈ। ਅਕਾਲ ਤਖ਼ਤ ਦਾ ਸਿਧਾਂਤ ਹੈ, ਮੈਂ ਇੱਥੇ ਪੁੱਛਣਾ ਚਾਹੁੰਦਾ, ਸਮਾਂ ਹੋ ਗਿਆ। ਅੱਜ ਉਹ ਕੋਸ਼ਿਸ਼ ਚੱਲ ਰਹੀ ਹੈ ਕਿ ਅਕਾਲ ਤਖ਼ਤ ਦਾ ਸਿਧਾਂਤ ਰੂਪ ਹੈ ਉਹਨੂੰ ਮਲੀਆ ਬੇਟ ਕਰ ਦੇ, ਉਹਨੂੰ ਖਤਮ ਕਰਨ ਵਾਲੇ ਲੋਕ ਅੱਜ ਬੁੱਕਲ ਦੇ ਸੱਪ ਵਾਂਗੂ, ਜਿਨ੍ਹਾਂ ਨੇ ਉਦੋਂ ਵਕਤ 'ਤੇ ਮਿਲਟਰੀ ਭੇਜ ਕੇ ਗੁਰਦੁਆਰੇ ਅਸਥਾਨਾਂ 'ਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੀ ਉਸ ਬੀਬੀ ਨੂੰ ਦੁਰਗਾ ਦਾ ਨਾਮ ਦਿੱਤਾ ਸੀ, ਆਪਣੀ ਕਿਤਾਬ ਵਿੱਚ ਵੀ ਲਿਖਿਆ, ਜਿਨ੍ਹਾਂ ਨੇ ਉਹਨੂੰ ਦੁਰਗਾ ਦਾ ਨਾਮ ਦਿੱਤਾ ਸੀ, ਉਹ ਅੱਜ ਵੀ ਉੱਥੇ ਖਲੋਤੇ ਨੇ, ਅੱਜ ਉਹ ਸਾਡੇ ਬੁੱਕਲ ਦੇ ਸੱਪ ਬਣ ਕੇ ਵਿੱਚ ਬੈਠੇ ਨੇ। ਜ਼ਰੂਰਤ ਚੇਤਨਤਾ ਦੀ ਹੈ, ਇਹ ਖਿਆਲ ਕਰਿਓ, ਇਮਾਰਤ ਤੁਸੀਂ ਦੁਬਾਰਾ ਬਣਾ ਲਈ, ਸਿਧਾਂਤ ਤੁਸੀਂ ਨਹੀਂ ਬਣਾ ਸਕਦੇ, ਕਿਉਂਕਿ ਸਿਧਾਂਤ ਗੁਰੂ ਬਣਾਉਂਦਾ। ਖਿਆਲ ਕਰਿਓ, ਸਿਧਾਂਤ ਸਿੱਖ ਨਹੀਂ ਬਣਾ ਸਕਦਾ, ਸਿੱਖ 'ਤੇ ਜੋ ਬਣਾਉਂਦਾ ਉਹ ਸਾਰਿਆਂ ਨੂੰ ਪ੍ਰਵਾਨ ਹੀ ਨਹੀਂ ਹੁੰਦਾ। ਸਿੱਖ ਅਖਵਾਉਣ ਵਾਲਿਆਂ ਪਿੱਛੇ ਅੱਜ ਵੀ ਕਹਿ ਰਿਹਾ ਸਾਂ ਕਿ ਸਿੱਖ ਰਹਿਤ ਮਰਿਆਦਾ ਬਣਾਈ ਮਨੁੱਖਾਂ, ਅਤੇ 90% ਵਰਗ ਉਹ ਹੈ ਜਿਹੜਾ ਉਹਨੂੰ ਨਹੀਂ ਮੰਨਦਾ। ਸ਼੍ਰੋਮਣੀ ਕਮੇਟੀ ਆਪ ਨਹੀਂ ਮੰਨਦੀ, ਜਿੰਨੇ ਡੇਰੇ ਵਾਲੇ ਉਹ ਨਹੀਂ ਮੰਨਦੇ, ਜਿੰਨੇ ਤਖ਼ਤਾਂ ਵਾਲੇ ਨੂੰ ਉੱਚੋਂ ਦੇ ਤਖ਼ਤ ਨਹੀਂ ਮੰਨਦੇ, ਕਿ ਮਨੁੱਖ ਨਹੀਂ ਬਣਾਈ ਗਏ, ਤਾਂ ਕਿੱਡੀ ਅਜੀਬ ਗੱਲ ਹੈ। ਭਾਵੇਂ ਜਿਹੜੇ ਸਿੱਖ ਰਹਿਤ ਮਰਿਆਦਾ ਡੇਰੇ ਨਹੀਂ ਮੰਨਦੇ, ਭਾਵੇਂ ਉਹ ਤਖ਼ਤ ਜਿਹੜੇ ਸਿੱਖ ਰਹਿਤ ਮਰਿਆਦਾ ਨਹੀਂ ਮੰਨਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਵੀ ਕੀਤੀ ਬੈਠੇ, ਕਿਉਂ? ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਬਣਾਇਆ ਹੈ, ਉਹ ਕਿਤਾਬ ਚੰਨ ਭਰੇ, ਜਿਹੜੀ ਚੀਜ਼ ਗੁਰੂ ਬਣਾਉਂਦਾ ਹੈ ਉਹ ਅਸੀਂ ਨਹੀਂ ਬਣਾ ਸਕਦੇ। ਅਤੇ ਇਸ ਵੇਲੇ ਕੋਸ਼ਿਸ਼ ਉਹਨਾਂ ਦੀ ਇਹ ਲੱਗੀ ਹੋਈ ਹੈ ਵੀ ਅਕਾਲ ਤਖ਼ਤ ਦੀ ਇਮਾਰਤ ਢਾਹਿਆ, ਅਕਾਲ ਤਖ਼ਤ ਨਹੀਂ ਢੱਠਾ, ਖਤਮ ਨਹੀਂ ਹੋਇਆ, ਉਹਨਾਂ ਇਮਾਰਤ ਦੁਬਾਰਾ ਬਣਾ ਲਈ। ਉਹ ਭਰਿਓ, ਜੇ ਤੁਸੀਂ ਚਾਹੁੰਦੇ ਹੋ, ਉਹਨਾਂ ਦੇ ਮਨ ਦਾ ਇਹ ਖਿਆਲ ਹੈ ਵੀਰੋ, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਕਾਲ ਤਖ਼ਤ ਖਤਮ ਕਰੀਏ ਤਾਂ ਸਿੱਖ ਸਿਧਾਂਤ ਖਤਮ ਕਰਨਾ ਪੈਣਾ। ਅੱਜ ਕੋਸ਼ਿਸ਼ ਇਹ ਚੱਲ ਰਹੀ, ਇਹ ਸਾਡੀ ਫਸਲ, ਸਿੱਖ ਸਿਧਾਂਤ ਜਿਹੜਾ ਹੈ, ਗੁਰਮਤਿ ਸਿਧਾਂਤ ਜਿਹੜਾ ਹੈ, ਉਹ ਸਿੱਖ ਦੀ ਫਸਲ, ਇਹਦੇ ਆਧਾਰ 'ਤੇ ਜਿੰਦਾ, ਇਹਦੇ ਆਧਾਰ 'ਤੇ ਹੀ ਇਹਦੀ ਅਮੀਰੀ ਹੈ। ਪਰ ਨਤੀਜਾ ਇਹ ਹੈ, ਅੱਜ ਸਿੱਖ ਸਿਧਾਂਤ ਮਲੀਆ ਮੇਟ ਕਰਨ ਦੇ ਉਪਰਾਲੇ ਹੋ ਰਹੇ ਨੇ, ਅਤੇ ਸਿੱਖ ਉਸ ਨੀਂਦ ਸੁੱਤਾ ਹੋਇਆ ਜਿਹਨੂੰ ਅਚੇਤ ਨੀਂਦ ਆਖਦੇ ਨੇ, ਜਿਹਦੇ ਵਿੱਚ ਚੇਤਨਤਾ ਹੀ ਨਾ ਹੋ। ਅਤੇ ਗੁਰੂ, ਅੱਜ ਜੇ ਤੁਸੀਂ 84 ਦਾ ਦਿਨ ਮਨਾ ਰਹੇ ਹੋ ਤਾਂ ਗੁਰੂ ਸਾਨੂੰ, ਤੁਹਾਨੂੰ ਜੀਵ ਆਤਮਾ ਨੂੰ ਆਵਾਜ਼ ਦੇ ਕੇ ਇੱਕ ਗੱਲ ਆਖਦਾ ਹੈ, ਚਾਰ ਚੁਫੇਰੇ ਤੇਰੇ ਦੁਸ਼ਮਣ,
ਤੇਰੀ ਖੇਤੀ ਵਿੱਚ ਬੜੀ ਕੀਮਤੀ ਫਸਲ ਹੈ ਅਚਰਨ ਦੀ ਸਿਧਾਂਤ ਦੀ, ਉਹ ਮਲੀਆ ਮੇਟ ਕਰ ਦੇਣਾ ਚਾਹੁੰਦੇ ਨੇ, ਉਹ ਜਾਨਵਰ ਉਸ ਫਸਲ ਨੂੰ ਖਾ ਜਾਣਾ ਚਾਹੁੰਦੇ ਨੇ। ਜੇ ਤੂੰ ਸੁੱਤੀ ਰਹੀ ਤਾਂ ਸਭ ਕੁਝ ਬਰਬਾਦ ਹੋ ਜਾਏਗਾ, ਤੇਰੇ ਜਾਗਣ ਦੀ ਲੋੜ। ਇਹ ਜਵਾਬ ਹੈ ਗੁਰਬਾਣੀ ਦਾ ਤੇ ਕਹਿੰਦੇ ਚਲੇ ਨਹੀਂ ਗਏ। ਹੁਣ ਅੱਗੇ ਨਾਲੋਂ ਜ਼ਿਆਦਾ ਖਤਰਨਾਕ ਹੋ ਗਿਆ। ਕਿਉਂ? ਕਿਉਂਕਿ ਉਦੋਂ ਤਾਂ ਬਾਹਰ ਬੈਠ ਕੇ ਕਰਦੇ ਸਨ, ਉਹ ਸਾਡੀ ਹੁਣ ਬੁੱਕਲ ਦੇ ਸੱਪ ਨੇ, ਸਾਡੀ ਗਲਤੀ ਵਿੱਚ ਬੈਠੇ। ਅਸੀਂ ਤਾਂ ਆਪਣਾ ਸਭ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸ ਲਈ ਜੇ ਤੁਹਾਨੂੰ ਆਪਣੇ ਸਿਧਾਂਤ ਨਾਲ ਪਿਆਰ ਹੈ, ਸੰਭਾਲ ਕੇ ਰੱਖਣਾ ਚਾਹੁੰਦੇ ਹੋ, ਫਿਰ ਜਾਗ ਕੇ ਰਹਿਣਾ ਪਏਗਾ। ਦੁਸ਼ਮਣ ਕੋਲੋਂ ਤਾਂ ਹੀ ਫਸਲ ਬਚਾਈ ਜਾ ਸਕਦੀ ਜੇ ਕਿਸਾਨ ਜਾਗਦਾ ਹੈ। ਗੁਰੂ ਨੇ ਆਖਿਆ ਹਰ ਗੁਣ ਹੈ ਕਹਿ ਲਗੇ ਰੱਖੋ ਖੇਤੀ, ਹਰ ਗੁਣ ਹੇਤੀ ਜਾਗਤ ਚੋਰ ਨਾ ਲੱਗੇ। ਜਿਹੜਾ ਜਾਗਦਾ ਉਹਦੇ ਘਰ ਨੂੰ ਚੋਰ ਨਹੀਂ ਲੱਗ ਸਕਦਾ, ਉਹਦਾ ਘਰ ਬਰਬਾਦ ਨਹੀਂ। ਸਾਡਾ ਦੁਖਾਂਤ ਇਹ ਹੈ ਕਿ ਇੰਨਾ ਕੁਝ ਬਰਬਾਦ ਕਰਾ ਕੇ ਵੀ ਅੱਜ ਅਸੀਂ ਸੁੱਖਾਂ ਦੀ ਨੀਂਦ ਸੁੱਤੇ ਪਏ। ਸਭ ਕੁਝ ਹੋਈ ਗੱਲ ਤਾਂ ਸਾਨੂੰ ਪਤਾ ਹੀ। ਮੈਂ ਉਸ ਐਸੇ ਵੀ ਸਿੱਖ ਦੇਖਣਾ ਜਿਹਨਾਂ ਨਾਲ ਵਕਤ ਦੇ ਹਾਲਾਤ ਦੀ ਗੱਲ ਕਰਨ
ਕਿਉਂਕਿ ਹੈ ਆਹ ਕੁਝ ਵੀ ਹੋਇਆ ਉਹਨੇ ਪਤਾ ਹੀ ਕੋਈ ਪਤਾ ਕਿਸੇ ਨੂੰ ਨਹੀਂ ਹੁੰਦਾ ਘਰ ਦਾ ਸਭ ਕੁਝ ਬਰਬਾਦ ਹੋ ਜਾਏ ਲੁੱਟਿਆ ਜਾਏ ਚੋਰ ਲੈ ਜਾਣ ਅਤੇ ਪਤਾ ਕਿਹਨੂੰ ਨਹੀਂ ਹੁੰਦਾ ਜਿਹੜਾ ਸੁੱਤਾ ਜੇ ਘਰ ਬਰਬਾਦ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਇਹ ਤਾਂ ਮਤਲਬ ਅਸੀਂ ਕਿਸੇ ਨੀਂਦ ਵਿੱਚ ਆ ਜਿਹੜੇ ਦਿਨ ਮਨਾਉਣੇ ਨਹੀਂ ਅਸੀਂ ਜਾਗਣਾ ਅਤੇ ਗੁਰੂ ਵੀ ਇਹੋ ਗੱਲ ਆਖ ਰਿਹਾ ਕਹਿੰਦਾ ਵੱਖਰ ਰਾਖ ਮੂਈਏ ਹੇ ਜੀਵ ਆਤਮਾ ਮਰ ਜਾਣੀਏ ਆਪਣਾ ਵਿਰਸਾ ਸੰਭਾਲ ਲੈ ਆਪਣਾ ਸਿਧਾਂਤ ਸੰਭਾਲ ਲੈ ਤਾਂ ਕਿ ਤੇਰੀ ਅਮੀਰੀ ਖਤਮ ਨਾ ਹੋਵੇ ਇਹਨਾਂ ਸ਼ਬਦਾਂ ਦਾ ਕਿ ਮਦਦ ਆ ਕੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।